देसी पंजाब मेरा देसी पंजाब, देसी पंजाब मेरा देसी पंजाब, देसी की जिन्ना जी रज रज पी है पूरा लाजवाब, देसी पंजाब मेरा देसी पंजाब, देसी पंजाब मेरा देसी पंजाब। सत श्री अकाल जी, गुरनाम सिद्धू एक बार फिर हाजिर है। तड़के तड़के अज लैके आए देसी पंजाब का शो थोड़े लिए। पिंड है जी जिला फरीदकोट का टहना, आओ चलते हैं टहने दी गलियां। बेबे सत श्री अकाल। श्री अकाल सोनिया। ओ क्या बात है जी, ठीक है, कैसे हो? वधिया। ठीक हो? बहुत वधिया। नाम की बेबे का? तेज कौर। तेज कौर, क्या बात है, ठीक है ना? माड़ा बोलदे नहीं, चंगा बोली दा, चंगा खानी चंगा पहन। क्या बात है बेबे, भागा बना दिंदे वन सवन्ने। अच्छा हां, अच्छा बेबे ਜਦੋਂ ਟਹਿਣੇ ਪਿੰਡ 'ਚ ਵਿਆਹ ਕੇ ਆਏ ਸੀ ਤੁਸੀਂ, ਉਦੋਂ ਕਿਵੇਂ ਦਾ ਮਾਹੌਲ? ਉਦੋਂ 1 ਰੁਪਿਆ ਟਿਕਟ ਜੈਤੋ ਮੰਡੀ ਦਾ। ਅੱਛਾ, ਇੱਥੋਂ ਜੈਤੋ ਜਾਂਦੇ ਸੀ 1 ਰੁਪਿਆ ਟਿਕਟ? ਹਾਂ 1 ਰੁਪਿਆ। ਜੰਨ ਗਏ ਸੀ 40 ਬੰਦੇ ਸੀ, 40 ਰੁਪਈਆਂ 'ਚ। 40 ਰੁਪਈਆਂ ਜੰਨ? ਹਾਂ। ਅੱਛਾ, ਰੇਲ ਗੱਡੀ 'ਤੇ? ਰੇਲ ਗੱਡੀ 'ਤੇ ਜੰਨ? ਹਾਂ ਬਸ ਠੀਕ ਆ, ਹੋ ਜਾਣਾ। ਅੱਛਾ ਬੇਬੇ, ਹੁਣ ਤਾਂ ਰੇਲ ਗੱਡੀ 'ਤੇ ਵੈਸੇ ਨਹੀਂ ਜਾਂਦੇ ਹੈ ਨਾ? ਹਾਂ, ਹੁਣ ਮੁੰਡੇ ਸੰਗ ਮੰਨਦੇ ਹੈ ਨਾ? ਮੁੰਡੇ ਗੱਡੀਆਂ ਲਿਆਉਂਦੇ ਆ, ਬੇਬੇ ਚੱਲ ਗਏ। ਹਾਂ ਬੇਬੇ ਚੱਲੀ, ਅੱਜ ਪਛੰਡੋ ਆਈਆਂ ਖੰਨੀਆਂ, ਮੈਂ ਇਸ ਗੱਲ ਦੀ ਮਾਰੀ ਆ। ਅੱਛਾ, ਪ੍ਰੋਗਰਾਮ ਕਰਕੇ? ਹਾਏ ਹਾਏ ਹਾਏ, ਬੇਬੇ ਜਾਉਂਦੀ ਰਹੇ, ਤੇਜ ਕੌਰ ਮਾਤਾ ਸਾਡੀ ਬਸ ਦੇਸੀ ਰਵੇ, ਆਸ਼ੀਰਵਾਦ ਦਿੰਦੀ ਰਹੇ। ਸ਼ਾਬਾਸ਼। ਤੁਸੀਂ ਸੁਣਾਓ, ਇਹਨੂੰ ਕੀ ਪੁੱਛੋ, ਤੁਹਾਨੂੰ ਪੁੱਛਣਾ? ਅਦੇ ਅਦੇ ਬੇਬੇ ਐਂ ਉਂਗਲ ਕਰਦੀ, ਉਹਨੂੰ ਹੀ ਪੁੱਛ। ਤੁਸੀਂ ਵੀ ਇਸ ਪਿੰਡ 'ਚ ਵਿਆਹ ਕੇ ਆਏ ਸੀ? ਹਾਂਜੀ। ਇਸ ਹਾਂਜੀ ਹਾਂਜੀ, ਪਹਿਲਾਂ ਕੌਣ ਮੱਥੇ ਲੱਗਾ ਸੀ? ਪਹਿਲੋਂ ਲੱਗਿਆ ਸੀ ਘਰਾਂਵਾਲਾ। ਲੈ ਕਹਿੰਦੇ ਹੁੰਦੇ ਨਾ ਬੇਬੇ, ਐਂ ਹੁੰਦਾ ਨਾ ਵੀ ਘੁੰਡ ਕੱਢਿਆ ਹੁੰਦਾ ਸੀ, ਘਰ ਵਾਲੇ ਨੂੰ ਤਾਂ ਪਤਾ ਨਹੀਂ ਲੱਗਦਾ ਹੁੰਦਾ ਸੀ, ਪਹਿਲਾਂ ਘੁੰਡ ਕੋਈ ਹੋਰ ਚੱਕਦਾ ਹੁੰਦਾ ਸੀ, ਵੀ ਸੱਸ ਵੇਖਦੀ ਹੁੰਦੀ ਸੀ ਜਾਂ ਨਣ ਦਾ, ਹਨਾ? ਸੱਸ ਆਖ ਮੇਰੀ ਪਿਆਲਾ ਦਿੰਦੀ ਸੀ, ਮੇਰਾ ਮੂੰਹ ਵੇਖ ਲਿਆ। ਹਾਂਜੀ ਹਾਂਜੀ, ਸੱਸ ਪਿਆਲਾ, ਸੱਸ ਮੱਥੇ ਲੱਗੀ ਸੀ? ਹਾਂ ਸਰ। ਫਿਰ ਚੰਗੀ ਨਿਭੀ ਸੱਸ ਨਾਲ? ਵਧੀਆ, ਬਹੁਤ। ਲੜਦੀ ਤਾਂ ਨਹੀਂ? ਜਿੰਨੀ ਮੇਰੀ ਸੱਸ ਚੰਗੀ ਸੀ ਨਾ, ਟਹਿਣੇ 'ਚ ਸੱਸ ਨਹੀਂ ਹੋਈ ਜੀ ਹੋਈ। ਹਾਏ 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 ਹਾਏ, ਆਹ ਵੇਖ ਲਓ ਬੇਬੇ, ਨਾ ਅੱਜ ਤੀਕਰ ਬੋਲ ਨਾ ਕਬੂਲ ਇੱਕ ਨਹੀਂ। ਹਾਂ ਬਿਲਕੁਲ, 4 ਸਾਲ ਉਹ ਮੰਜੇ 'ਚ ਪਈ ਹੈ। ਅੱਛਾ ਤੁਸੀਂ ਵੀ ਦੱਸੋ ਫਿਰ। ਹਾਂਜੀ ਬੇਬੇ, ਗੱਲ ਤਾਂ ਸੁਣ ਮੇਰੇ ਲਈ, ਤਾਂ ਮੂੰਹ ਤਾਂ ਕਰੋ। ਜਦੋਂ ਤੁਸੀਂ ਪਿੰਡ 'ਚ ਆਏ ਸੀ ਪਹਿਲੀ ਵਾਰੀ, ਅੱਛਾ ਕੌਣ ਮੱਥੇ ਲੱਗਿਆ ਸੀ? ਮੱਥੇ ਕਿਹਨੇ ਲੱਗਣਾ, ਸੱਸ ਲੱਗੀ ਹੋਗੀ ਮੱਥੇ। ਅੱਛਾ ਤੁਹਾਨੂੰ ਯਾਦ ਹੀ ਨਹੀਂ ਹੈ? ਨਾ, ਆ ਬੇਬੇ ਨੇ ਸਾਰਾ ਕੁਝ ਦੱਸਤਾ, ਤੇਜ ਕੌਰ ਮਾਤਾ ਨੇ ਸਾਰਾ ਕੁਝ ਦੱਸਤਾ ਕੀ ਮੱਥੇ ਹੋਰ ਕਿਹਨੇ ਲੱਗਣਾ ਸੀ। ਹਾਂਜੀ, ਸੱਸ ਮੱਥੇ ਲੱਗੀ ਆ। ਅੱਛਾ, ਸੱਸ ਨਾਲ ਬਣਦੀ ਸੀ? ਹਾਂਜੀ, ਪਹਿਲਾਂ ਸੱਸਾਂ ਨਾਲ, ਮਾਤਾ ਪਹਿਲੇ ਪਹਿਲੇ ਜਿਹੜੀ ਸੱਸਾਂ ਹੁੰਦੀਆਂ ਨਾ, ਉਹਨਾਂ ਨੂੰ ਨੋਹਾਂ ਦੀ ਬਣਦੀ ਵੀ, ਝੇਪ ਵੀ ਖਾਂਦੀਆਂ ਸੀ। ਹੁਣ ਜਮਾਂ ਹੀ ਨਹੀਂ ਬਣਦੀ, ਹੁਣ ਨਹੀਂ ਬਣਦੀ ਹਨਾ? ਹੁਣ ਤਾਂ ਤੂੰ ਮੈਂ ਕੱਬਰ ਜਾ ਬੁੜ ਕੇ ਬਹਿ ਜਾ ਕੇ। ਹਾਏ ਹਾਏ, ਚਲ ਬੇਬੇ ਜਾਉਂਦੇ ਰਹੋ, ਚੰਗਾ ਸਤਿ ਸ਼੍ਰੀ ਅਕਾਲ। ਬੇਬੇ ਮਤਲਬ ਵਿਆਹ ਹੋ ਗਿਆ? ਨਹੀਂ ਨਹੀਂ ਹੋਇਆ ਨਹੀਂ। ਅੱਛਾ, ਤਾਂ ਖੜਾ ਮੋੜ ਤੇ ਨਾ? ਨਹੀਂ ਮੋੜ ਤੇ, ਹਾਏ ਹਾਏ, ਸਭ ਪਤਾ ਹੈ ਨਹੀਂ। ਦੱਸੀ ਵਿਆਹ ਹੋ ਗਿਆ? ਨਾ ਨਾ, ਜਾਣ ਮੈਂ ਅਨਮੈਰਿਡ ਅਨਮੈਰਿਡ ਹੀ ਰਹੀ। ਹਾਂ ਹਾਂ ਹਾਂ, ਸਾਨੂੰ ਕਿੰਨਾ ਹਸਣ ਹੈ ਪਹਿਲਾਂ ਕੀ ਪਤਾ ਤੁਸੀਂ? ਬਾਪੂ ਵਾਲਾ ਵੇਖ ਕੇ ਪਹਿਲੇ ਸਣ। ਬਾਪੂ ਲਈ ਵੇਖ ਕੇ ਸਣ ਬੇਬੇ ਤਾਂ ਗਾਹ ਪੈਂਦੀ ਹੈ ਨਾ? ਹਾਂਜੀ। ਕਿਆ ਬਾਤ ਹੈ, ਕਿਆ ਬਾਤ ਹੈ, ਪੜ੍ਹਦੇ ਹੋ ਕਿ ਨਹੀਂ? ਕੰਮ ਕਰਦੇ। ਕੀ ਕੰਮ ਕਰਦੇ? ਨਹੀਂ, ਮੋਟਰਸਾਈਕਲ ਦਾ ਕੰਮ ਕਰਦੇ। ਅੱਛਾ, ਮੋਟਰਸਾਈਕਲ ਬਣਾਉਣੇ ਹੋ? ਹਾਂਜੀ, ਵੇਚ ਲੈਣ ਦਾ ਕੰਮ ਵਿੱਚ, ਪੁਰਾਣੇ ਪੁਰਾਣੇ ਲੈ ਕੇ ਡੀਲਿੰਗ ਦਾ ਕੰਮ, ਡੀਲਰ ਦਾ ਕੰਮ। ਕਿਆ ਬਾਤ ਹੈ, ਕਿਆ ਖੜਾ ਹੁਣ ਤੁਸੀਂ ਇੱਕ ਤਾਂ ਪੁਰਾਣਾ ਕੰਮ ਲੈਣਾ ਕਿਹੜਾ ਲੈਣਾ ਜੀ? ਪੈਸੇ ਨਹੀਂ ਦੇਣੇ, ਮੈਂ ਫ੍ਰੀ ਜਾਣਾ। ਫ੍ਰੀ ਦੇ ਦਾਂਗੇ, ਦੱਸੋ ਕਿਹੜਾ ਲੈਣਾ? ਅੱਛਾ, ਕਾਫੀ ਖੜੇ 80 ਮੋਟਰਸਾਈਕਲ ਖੜੇ ਆਪਣੇ, 80 ਮੋਟਰਸਾਈਕਲ ਤੁਹਾਡੇ ਘਰੇ ਖੜੇ ਨੇ? ਹਾਂਜੀ। ਅੱਛਾ ਜੀ, ਹਾਂਜੀ, ਇੰਨਾ ਵਪਾਰ ਕਰਦੇ ਹੋ? ਹਾਂਜੀ। ਕਿਆ ਬਾਤ ਹੈ, ਹਰ ਇੱਕ ਤਰ੍ਹਾਂ ਦਾ ਖੜਾ? ਹਾਂਜੀ। ਚਲੋ ਜਾਣ ਲੱਗਿਆ ਮੈਂ, ਕਿਹਾ ਜਿਹੜਾ ਮਰਜ਼ੀ ਪੁਰਾਣਾ ਜਿਹੜਾ ਗਿਫਟ ਚੰਗਾ ਲੱਗਦਾ ਉਹੀ ਮੈਨੂੰ ਦੇ, ਠੀਕ ਹੈ? ਠੀਕ ਹੈ।
ਤੂੰ ਵੀ ਕੁਝ ਕਹਿ ਦੇ ਦੇ ਲੈ ਜਾ ਮੇਰੇ ਕੋਲ ਹਾਂਜੀ ਹਾਂ ਮੇਰੇ ਕੋਲ ਜਿਹੜਾ ਕੋਈ ਮਰਜ਼ੀ ਲੈ ਜਾ ਟਰੈਕਟਰ ਖੜਾ ਜਾ ਮਰਜ਼ੀ ਲੈ ਜਾ ਕਿਵੇਂ ਆ ਪੜਦਾ ਸਕੂਲ ਜਾਣ ਦੀ ਤਿਆਰੀ ਲੱਗਦੀ ਹੈ ਨਾ ਹੈਂ ਕਿਹੜੀ ਕਲਾਸ ਪੜਦਾ ਨੌਵੀਂ ਚ ਨੌਵੀਂ ਚ ਪੜੀ ਜਾਣਾ ਹੈ ਨੌਵੀਂ ਚ ਪੜਦਾ ਹਾਂਜੀ ਪੜੀ ਜਾ ਫਿਰ ਮੈਂ ਹੀ ਕਰਾਂ ਕਿਵੇਂ ਆ ਮੁੰਡਿਆ ਠੀਕ ਹੈ ਠੀਕ ਹੈ ਠੀਕ ਹੈ ਹਾਏ 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 ਸੋਹਣਾ ਬੜਾ ਯਾਰ ਤੂੰ ਕੀ ਖਾਣਾ ਰੋਟੀ ਨਾਲ ਸੋਹਣਾ ਕਿਆ ਪਾਪੂ ਜੀ ਕਿਵੇਂ ਹੋ ਪੋਤੀ ਖੜਾਈ ਜਾਂਦੇ ਭਤੀਜੀ ਹੈ ਮੇਰੀ ਅੱਛਾ ਭਤੀਜੀ ਹੈ ਕੀ ਕੰਮ ਕਰਦੇ ਹੋ ਮੇਰਾ ਵਰਸ਼ਾ ਦਾ ਕੰਮ ਹੈ ਵੈਲਡਿੰਗ ਖਰਾਦਾ ਅੱਛਾ ਵੈਲਡਿੰਗ ਕਰਦੇ ਹੋ ਹਾਂ ਵੈਲਡਿੰਗ ਖਰਾਦਾ ਤੇ ਮਤਲਬ ਇੱਕ ਹੁੰਦੇ ਵਿਚੋਲੇ ਹੁੰਦੇ ਨਾ ਵੈਲਡਿੰਗ ਦਾ ਮਤਲਬ ਹੁੰਦਾ ਇੱਕ ਤੁਸੀਂ ਜੋੜਨਾ ਹਨਾ ਹਾਂਜੀ ਇੱਕ ਦੂਜੇ ਤੇ ਤੁਸੀਂ ਰਿਸ਼ਤੇ ਵੀ ਕਰਾਉਣੀ ਰਿਸ਼ਤੇ ਵੀ ਕਰਾਉਣੀ ਹੈ ਕਰਾ ਦਿੰਦੇ ਉਹ ਮੁੰਡਾ ਤੁਹਾਡੇ ਪਿੰਡ ਦਾ ਮੋਟਰ ਵੇਚਦਾ ਕੁਆਰਾ ਖਰਾ ਬੇਟਾ ਹੀ ਬੇਟਾ ਅੱਛਾ ਤੁਹਾਡਾ ਬੇਟਾ ਹੀ ਕਿਆ ਬਾਤ ਉਹ ਤੁਹਾਡੇ ਤੇ ਕਹਿ ਰਹੇ ਬਾਪੂ ਲੈ ਵੇਖ ਕੇ ਜੀ ਕਰਦਾ ਵਿਆਹ ਨਾ ਕਰਾਵਾਂ ਨਹੀਂ ਕਹੋ ਬਾਪੂ ਦਾ ਵਧੀਆ ਅੱਛ ਕੀਤੀ ਹੈ ਮਾਰੇ ਲਾਉ ਰਿਹਾ ਕੰਨ ਚ ਕਹਿ ਦੇ ਮੇਰੇ ਕੰਨ ਚ ਕਹਿ ਦੇ ਕਰਾ ਲਾਂਗੇ 2 ਸਾਲਾਂ ਦੇ 2 ਸਾਲ 2 ਸਾਲਾਂ ਬਾਪੂ ਕਰ ਯਾ ਸਾਡੀ ਹੈ ਵੀ ਇਹ ਹੈ ਵਿਆਹ ਦਾ ਬੱਚਾ ਪੈਰਾਂ ਤੇ ਸੈੱਟ ਹੋਵੇ ਵੀ ਕੱਲ ਨੂੰ ਕਿਸੇ ਦੇ ਮੂਹਰੇ ਹੱਥ ਨਾ ਚੱਕਣਾ ਹੱਥ ਨਾ ਚੱਕੇ ਬਸ ਆਦੀ ਪੂਰੀ ਐਸ ਕਰਨਾ ਆਪਣੀ ਜ਼ਿੰਦਗੀ ਜੀ ਵਧੀਆ ਨਹੀਂ ਉਹ ਕਹਿੰਦਾ ਵੀ 2 ਸਾਲ ਬਾਪੂ ਨੂੰ ਹਾਂ ਕਹਿੰਦਾ ਵੀ 2 ਸਾਲ ਨੂੰ ਜਦੋਂ ਤੁਸੀਂ ਕਹਦਾ ਤੂੰ ਕਹਦਾ 2 ਸਾਲ ਮੋਟਰਸਾਈਕਲ ਮੇਰਾ ਪੱਕਾ ਮੈਂ ਵੀ ਚੋਲਾ ਹੋ ਗਿਆ ਜੀ ਮੋਟਰਸਾਈਕਲ ਦੀ ਹੋਲ ਲੈ ਜਾ ਜਾਉਂਦੇ ਰਹੋ ਜੀ ਲੈ ਜਾ ਹੋਲ ਲੈ ਜਾ ਜਾਉਂਦੇ ਰਹੋ ਜਾਉਂਦੇ ਰਹੋ ਸਸਿਆ ਬੇਬੇ ਜੀ ਤਗੜੇ ਹੋ ਤਗੜੇ ਵਧੀਆ ਸੇਤਾ ਸੂਤਾ ਫਿੱਟ ਨੇ ਸਭ ਫਿੱਟ ਆ ਕੋਈ ਪ੍ਰੋਬਲਮ ਤਾਂ ਨਹੀਂ ਨਾ ਜੀ ਪੁੱਤਰ ਰੋਟੀ ਦੇਂਦੇ ਨਾ ਹੋਰ ਦੇਣ ਨਾ ਦੇਣ ਪੁੱਤਾਂ ਨਹੀਂ ਦੇਣੀ ਅੱਛਾ ਦੇਣ ਨਾ ਦੇਣ ਦੇਣੀ ਪੁੱਤ ਨਹੀਂ ਕੀ ਬਾਤ ਵੀ ਬਹੁਤੀ ਚੱਕਣਗੇ ਇਸ ਗੱਲ ਦਾ ਕੀ ਆ ਹਾਂ ਇਹ ਤਾਂ ਹੈ ਜੀ ਬਿਲਕੁਲ ਬਿਲਕੁਲ ਪਹਿਲੀ ਵਾਰੀ ਆਏ ਸੀ ਇਸ ਪਿੰਡ 'ਚ ਟਹਿਣੇ 'ਚ ਆਏ ਸੀ ਨਾ ਉਵੇਂ ਪਹਿਲਾਂ ਸਭ ਤੋਂ ਮੱਥੇ ਕੌਣ ਲੱਗਿਆ ਸੀ ਸੱਸ ਸਹੁਰੇ ਹੀ ਲੱਗਿਆ ਸੀ ਜੀ ਸੱਸ ਸਹੁਰਾ ਲੱਗਿਆ ਸੀ ਹਾਂਜੀ ਕਹਿੰਦੇ ਵੀ ਆਓ ਕਿਵੇਂ ਆਈ ਹੋਰ ਆਏਗੇ ਤੁਸੀਂ ਹਾਂਜੀ ਹਾਂਜੀ ਸੱਸ ਭੱਜੀ ਫਿਰਦੀ ਸੀ ਮੇਰੀ ਨੂੰਹ ਆਈ ਹੈ ਨਵੀਂ ਨਵੀਂ ਆਹਾ ਅੱਛਾ ਅੱਛਾ ਤੇ ਹੋਰ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੀਰੇ ਵਧੀਆ ਜੀ ਵਧੀਆ ਕਬੀਲਦਾਰੀ ਹਾਂਜੀ ਹਾਂਜੀ ਕਿ ਵਾਰੀ ਮਤਲਬ ਬੰਨੀ ਹੋਈ ਇਸ ਟਾਈਮ ਡਿਊਟੀ ਲੱਗੀ ਵੀ ਅੱਛਾ ਡਿਊਟੀ ਲੱਗੀ ਵੀ ਤਾਂ ਰੋਟੀ ਮਿਲੂਗੀ ਹਾਂਜੀ ਹੈ ਬਾਜੀ ਇੱਕ ਗੱਲ ਪੁੱਛਣੀ ਜਦੋਂ ਟਹਿਣਾ ਪੈਂਦਾ ਤੁਹਾਡਾ ਨਾ ਹਾਂਜੀ ਪਹਿਲੀ ਗੱਲ ਦਾ ਟਹਿਣਾ ਕਿਉਂ ਕਹਿੰਦੇ ਨੇ ਟਹਿਣਾ ਪਹਿਲਾਂ ਤਾਂ ਟਹਿਣਾ ਕਹਿੰਦੇ ਨਹੀਂ ਪਹਿਲਾਂ ਤਾਂ ਕਿਉਂ ਕਹਿੰਦੇ ਇਹ ਨਹੀਂ ਪਤਾ ਹੈ ਇਹ ਨਹੀਂ ਪਤਾ ਨਹੀਂ ਐਂ ਕਿਉਂ ਕਹਿੰਦੇ ਪਤਾ ਹੀ ਨਹੀਂ ਨਹੀਂ ਟਹਿਣੇ ਦਾ ਨਹੀਂ ਬੱਜਿਆ ਟਹਿਣੇ ਦਾ ਆ ਪਿੰਡ ਤਾਂ ਬੱਜੇ ਹੁੰਦੇ ਅੱਛਾ ਬਾਈ ਜੀ ਉਹ ਤਾਂ ਪਹਿਲੀ ਵਾਰ ਤੁਸੀਂ ਟਹਿਣੇ ਪਿੰਡ 'ਚ ਵਿਆਹ ਕੇ ਆਏ ਸੀ ਨਾ ਅਤੇ ਕਿਹੜੀ ਗੱਲ ਚੰਗੀ ਲੱਗੀ ਸੀ ਜਦੋਂ ਡੋਲੀ ਐ ਪਿੰਡ ਚ ਵੜੀ ਟਹਿਣੇ ਨਹੀਂ ਆ ਨਾ ਕੀ ਤੁਹਾਡਾ ਰਾਜਪਾਲ ਹੈਂਜੀ ਸਾਡੀ ਚਾਚੀ ਚੰਗੀ ਲੱਗੀ ਉਹ ਸਾਡੀ ਚਾਚੀ ਕੀ ਬਾਤ ਹੈ ਹੈ ਸ਼ਰਮਾਉਂਦੇ ਆ ਬਾਈ ਤੁਹਾਨੂੰ ਕੀ ਚੰਗਾ ਲੱਗਾ ਜੀ ਸਾਨੂੰ ਸਾਰਾ ਪਰਿਵਾਰ ਚੰਗਾ ਲੱਗਾ ਜੀ ਨਹੀਂ ਮਾਹੌਲ ਸਾਰਾ ਤਾਂ ਵਧੀਆ ਲੱਗਾ ਜੀ ਥਾਲੀਆਂ ਵੀ ਚੰਗੀਆਂ ਲੱਗੀਆਂ ਥਾਲੀਆਂ ਤਾਂ ਲੱਗਦੇ ਕੀ ਬਾਤ ਮੇਰੇ ਕਹੇ ਜੋਗੇ ਹਾਏ ਥਾਲੀ ਹੁੰਦੀ ਇੱਥੇ ਕਰਵਾ ਅੱਛਾ ਕਿੰਨੇ ਪੈਸੇ ਦਿੱਤੇ ਸੀ ਸਾਲੀਆਂ ਨੂੰ ਉਹ ਰਿਬਨ ਕਟਾਈ ਉਦੋਂ ਕਿੰਨਾ ਰਿਬਨ ਕਟਾਈ ਚਾਹੀ 2100 ਰੁਪਏ ਉਦੋਂ 2100 ਹੋਰ ਜੀ ਇਹਦਾ ਮਤਲਬ ਬਾਪੂ ਉਦੋਂ ਵੀ ਅਮੀਰ ਸੀਗਾ ਉਦੋਂ ਤਾਂ 2100 ਬਹੁਤ ਜ਼ਿਆਦਾ ਰੁਪਏ ਚਾਹੀ ਹੈ ਸੱਚੀ ਗੱਲ ਆਵੇ ਆ ਜਾ ਮੇਰਾ ਵੀਰਾ ਕਿੰਨਾ ਅੱਛਾ ਹੋ ਗਿਆ 51 ਸੌ ਘੂਰ ਕੇ ਜੇ ਵੇਖਿਆ ਨਹੀਂ ਨਹੀਂ ਮੈਂ ਦਿੱਤਾ ਸੀ 500 ਕਿਉਂ ਤੇ 500 ਨੇ ਵਰਗੀ ਹੋਰ ਕਿਹਣਾ ਸੀ ਕੀ ਬਾਤ ਜਿਹੜੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਤੇ 500 ਦਾ ਟੈਕ ਨਹੀਂ ਹੋਵੇ ਬਾਪੂ ਦੀ ਕਿੰਨੀ ਉਮਰ ਸੀ 2100 ਦਿੱਤਾ ਇਹਨਾਂ ਕੋਲੇ ਪੜੀ ਦਾ ਜਾਇਦਾਦ ਸੀ ਵਾਵਾ ਸੀ ਉਹਦੇ ਪੈਸਾ ਵੀ ਚੰਗਾ ਸੀ ਇਹਨਾਂ ਕੋਲੇ ਸਾਡੇ ਕੋਲੇ ਹਿਸਾਬ ਦੇ ਸੀ ਅੱਛਾ ਹੁਣ ਜ਼ਿਆਦੇ ਨੇ ਤੁਹਾਡੇ ਕੋਲ ਕਿਹਨੇ ਇਹ ਮਤਲਬ 2100 ਐਂ ਲੁਟਾਤੇ ਬਾਪੂ ਨੇ ਹਾਂ ਐਂ ਆ ਇਹ ਤਾਂ ਗੋਲੇ ਚੁਰਲੇ ਚ ਗਿਆ ਨਾ ਪਹਿਲਾਂ ਤੁਹਾਨੂੰ ਤਾਂ ਵੈਸੇ ਤਾਂ ਖੁਸ਼ੀ ਚੜੀ ਯਾਦ ਹੈ ਭਰਿਆ ਹੈ ਪਿਆ ਬਾਈ ਖੁਸ਼ੀ ਨਾਲ ਆ ਕੀ ਚੱਕਰ ਕੀ ਨਾ ਵੇੜ ਕੇ ਆਉਂਦਾ ਇਹ ਨਹੀਂ ਹੈ ਜੀ ਵੱਜ ਜਾਂਦਾ ਬਾਤ ਹੈ ਕੀ ਉਹ ਮਗਰ ਕਹਿ ਗਿਆ ਤੁਸੀਂ ਇਧਰ ਆ ਕੀ ਕਹਿ ਗਿਆ ਇਹ ਦੋ ਜੀ ਕੁਝ ਆ ਦੇ ਲੰਡੇ ਵੀ ਦਿੰਦੇ ਘਰਾਂ ਦੇ ਮੁੰਡੇ ਇਹੋ ਜਿਹੇ ਹੁੰਦੇ ਆ ਇਹਨੂੰ ਜਵਾਬ ਦੇਈ ਪੱਤੇ ਤੋਂ ਰਹਿਦਾ ਜੀ ਆ ਦੇਈ ਜਵਾਬ ਮੜਿਆ ਆਪਾਂ ਨਸ਼ੇ ਪੱਤੇ ਤੋਂ ਰਹਿਦਾ ਜੀ ਨਹੀਂ ਇਹ ਤਾਂ ਮਤਲਬ ਇਹ ਸਿਹਤ ਦਾ ਰਾਜ ਹਨ ਮੈਂ ਕਬੱਡੀ ਖੇਡਦਾ ਹੀ ਪਹਿਲਾਂ ਤੇ ਪਹਿਲਾਂ ਕਬੱਡੀ ਖੇਡਦੇ ਇਹ ਮਤਲਬ ਐ ਹੁੰਦਾ ਕਿ ਐਕਸਰਸਾਈਜ਼ ਛੱਡਦੀ ਤਾਂ ਇਦਾਂ ਦਾ ਹੋ ਜਾਂਦਾ ਇਸਾ ਛੱਡੀ ਵੀ 12 ਸਾਲ ਹੋ ਗਏ ਹਾਂਜੀ ਖਰਾਕ ਉਹੀ ਆ ਖਰਾਕ ਉਹੀ ਆ ਤੇ ਮਤਲਬ ਹਾਂਜੀ ਉਹ ਤਾਂ ਸਕੂਟਰੀ ਪਿਆਉਂਦਾ ਬਾਹਰ ਅੱਛਾ ਇੱਕ ਵਾਰ ਸਕੂਟਰੀ ਭਜਾ ਕੇ ਵਿਖਾਈ ਮਾੜੀ ਐ ਮੂੰਹ ਨਾਲ ਭਜਾ ਦੇ ਮਾੜੀ ਮੂੰਹ ਨਾਲ ਯਾਰ ਮਾੜੀ ਮੇਰੇ ਘਰ ਦੇ ਯਾਰ ਮਾੜੀ ਜੇ ਕੋਈ ਟੂਰ ਜੇ ਕਰਦੇ ਕਰਦੇ ਭਜਾ ਕੇ ਵਿਖਾ ਕਰਦੇ ਯਾਰ ਕਰਦੇ ਮਾੜੀ ਯਾਰ ਮਾੜੀ ਪੰਜਰ ਭਜਾ ਮਾੜੀ ਪੰਜਰੀ ਨਾ ਓਏ ਭਾਈ ਚਲ ਆ ਭਜਾਊਗਾ ਆ ਦੇਖੀ ਭਜਾਈ ਮਾੜੀ ਇਹਦੇ ਬਾਰੇ
ਸਕੂਟਰੀ ਇਹ ਨਹੀਂ ਬੋਲਦਾ ਜਿਹਦਾ ਇਹਦਾ ਯਾਰ ਬੋਲਦਾ ਆਪਣੀ ਯਾਰ ਬੋਲਦਾ ਇਹਦੇ ਵਿੱਚ ਤੁਹਾਨੂੰ ਕੀ ਚੰਗਾ ਲੱਗਾ ਜੋ ਬਰਾਤ ਵੈਬਸਾਈਟ ਟਹਿਣੇ ਨਾਂ ਕੀ ਤੁਹਾਡਾ ਪਹਿਲਾਂ ਮੇਰਾ ਨਾਮ ਗੁਰਮੇਲ ਸਿੰਘ ਜੀ ਗੁਰਮੇਲ ਸਿੰਘ ਦੀ ਬਰਾਤ ਜੋ ਟਹਿਣੇ ਪਿੰਡ ਦੇ ਵਿੱਚ ਵੜੀ ਹਾਂਜੀ ਤੇ ਜਦੋਂ ਐ ਬਰੂਹਾਂ ਤੇ ਆਈ ਹਾਂਜੀ ਹਾਂਜੀ ਤੇ ਕੀ ਖੁਸ਼ੀ ਕਿਦਾਂ ਦਾ ਮਹਿਸੂਸ ਦੇਖੋ ਜੀ ਉਦੋਂ 1984 ਦੀ ਗੱਲ ਹੈ 84 ਦੀ ਅੱਛਾ ਹਾਂਜੀ 84 ਜਦੋਂ ਮੇਰੀ ਮਾਤਾ ਜੀ ਸਾਹਮਣੇ ਆਏ ਪਹਿਲਾਂ ਸਭ ਤੋਂ ਅੱਛਾ ਬਾਕੀ ਪਰਿਵਾਰ ਪਾਣੀ ਵਾਰ ਲਈ ਪਾਣੀ ਵਾਰ ਬੰਨੇ ਦੀ ਮਾਏ ਬੰਨਾ ਦਰਬਾਰ ਤੇ ਉਹ ਫਿਰ ਜਦੋਂ ਕੁੜੀਆਂ ਚਿੜੀਆਂ ਨੇ ਗੀਤ ਗਾਇਆ ਫਿਰ ਮੇਰੀ ਮਾਤਾ ਸਾਹਮਣੇ ਖੜੀ ਸੀ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਮੇਰੀ ਮਾਤਾ ਸਾਹਮਣੇ ਕੀ ਬਾਤ ਫਿਰ ਉਹਨਾਂ ਨੇ ਪਾਣੀ ਵਾਰਿਆ ਜੀ ਪਾਣੀ ਵਾਰਿਆ ਮੈਨੂੰ ਬਹੁਤ ਖੁਸ਼ੀ ਹੋਈ ਉਹ ਜਿਹੜੇ ਪਲ ਹੈ ਖੁਸ਼ੀ ਦੇ ਕਿਉਂਕਿ ਮਾਂ ਹਰ ਇੱਕ ਮਾਂ ਜਿਹੜੀ ਹੈ ਦੇਸ਼ ਦੀ ਹੈ ਦੁਨੀਆਂ ਦੀ ਹਰ ਇੱਕ ਮਾਂ ਜਿਹੜੀ ਹੈ ਉਹ ਚਾਹੁੰਦੀ ਕਿ ਮੇਰਾ ਪੁੱਤ ਆਹ ਖੁਸ਼ੀ ਲੈ ਕੇ ਆਵੇ ਕੀ ਬਾਤ ਹੈ ਤੇ ਉਹ ਖੁਸ਼ੀ ਦੇ ਪਲ ਸਨ ਖੁਸ਼ੀ ਦੇ ਪਲ ਮੈਨੂੰ ਉਹ ਅਜੇ ਤੱਕ ਯਾਦ ਹੈ ਉਹ ਵਾਲੇ ਪਲ ਬਾਪੂ ਕਿਵੇਂ ਆ ਝੂਮੀ ਜਾਂਦਾ ਵਧੀਆ ਵਧੀਆ ਅੱਛਾ ਬਾਪੂ ਜੀ ਪਹਿਲੀ ਤੁਸੀਂ ਕਿਹੜੀ ਫਿਲਮ ਵੇਖੀ ਦੱਸੋ ਮੈਂ ਆਗ ਆਗ ਫਿਲਮ ਵੇਖੀ ਆਗ ਹਾਂ ਅੱਛਾ ਕੀ ਬਾਤ ਆਗ ਜੋ ਐਕਟਰ ਕਿਹੜਾ ਸੀ ਐਕਟਰ ਨਹੀਂ ਪਤਾ ਜੀ ਐਕਟਰ ਪਤਾ ਨਹੀਂ ਤੇ ਦੂਜੀ ਕਿਹੜੀ ਵੇਖੀ ਦੂਜੀ ਛੋਲੇ ਛੋਲੇ ਵੇਖੀ ਹਾਂ ਕੀ ਬਾਤ ਬਾਪੂ ਅੱਜ ਕੱਲ੍ਹ ਤਾਂ ਫਿਲਮਾਂ ਉਹ ਜਿਹੀਆਂ ਆਉਂਦੀਆਂ ਜਿਹੜੀਆਂ ਪਹਿਲਾਂ ਆਉਂਦੀਆਂ ਸੀ ਪਿੰਡ ਟਹਿਣਾ ਦੇ ਵਿੱਚ ਤੇ ਅੱਜ ਇਸ ਸੱਥ ਵਿੱਚ ਰੰਗ ਭਰੇਗੀ ਪੰਜਾਬ ਦੀ ਬੁਲੰਦ ਆਵਾਜ਼ ਨਿਰਮਲ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਦੂਸਰੀ ਵਾਰ ਦੇਸੀ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਬਹੁਤ ਆਪਣੇ ਆਪ ਨੂੰ ਭੰਗਾਂ ਨਾਲ ਸਮਝਦਾ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਦੂਸਰੀ ਵਾਰ ਤੁਸੀਂ ਫਿਰ ਬੁਲਾਇਆ ਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਰੀ ਟੀਮ ਦਾ ਜਿਹੜੇ ਬੈਕ ਸਾਈਡ 'ਤੇ ਬੈਠੇ ਕੰਮ ਕਰਦੇ ਉਹਨਾਂ ਦਾ ਵੀ ਨਹੀਂ ਖਾਸ ਕਰਕੇ ਤੁਹਾਡੇ ਪਿੰਡ ਵਿੱਚ ਆਇਆ ਤੁਹਾਡਾ ਇਹ ਪਿੰਡ ਹੈ ਇੱਥੋਂ ਦੇ ਤੁਸੀਂ ਜੰਮ ਪਲੇ ਤਾਂ ਕਿੱਦਾਂ ਦਾ ਮਹਿਸੂਸ ਹੁੰਦਾ ਕਿ ਇਹਨਾਂ ਲੋਕਾਂ ਨਾਲ ਰਹਿ ਕੇ ਇਹਨਾਂ ਨਾਲ ਵਿਚਰ ਕੇ ਆਮ ਤੌਰ 'ਤੇ ਹੁੰਦਾ ਕਿ ਜਿਹੜਾ ਬੰਦਾ ਬੁਲੰਦੀਆਂ 'ਤੇ ਚਲਾ ਜਾਂਦਾ ਅਤੇ ਆਪਣੇ ਪਿੰਡ ਨੂੰ ਨਹੀਂ ਛੱਡ ਜਾਂਦਾ ਪਰ ਤੁਸੀਂ ਜੁੜੇ ਹੋਏ ਆ ਆਪਣੇ ਪਿੰਡ ਬਿਲਕੁਲ ਜੀ ਮੈਂ ਇਸ ਪਿੰਡ ਦੇ ਵਿੱਚ ਪੈਦਾ ਹੋਇਆ ਅਤੇ ਇੱਥੇ ਹੀ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ 5ਵੀਂ ਤੱਕ ਪੜ੍ਹਿਆ ਉਸ ਤੋਂ ਬਾਅਦ ਕੁਝ ਸਮਾਂ ਇੱਦਾਂ ਦਾ ਆਇਆ ਜਾਂ ਸਟਰਗਲ ਕਰਨੀ ਪਈ ਫਿਰ ਪਿੰਡੋਂ ਬਾਹਰ ਜਾਣਾ ਪਿਆ ਸੋ ਮੈਂ ਕਹਿ ਲਓ ਤੁਸੀਂ 30 ਸਾਲ ਦੇ ਤੋਂ ਵੀ ਜ਼ਿਆਦਾ ਹੋ ਗਏ 40 ਸਾਲ ਹੀ ਹੋ ਚੱਲੇ ਆ ਮੈਂ ਪਿੰਡੋਂ ਤਕਰੀਬਨ ਬਾਹਰ ਹੀ ਹੈ ਲੇਕਿਨ ਹੁਣ ਥੋੜ੍ਹਾ ਜਿਹਾ ਬੱਚੇ ਸੈਟਲ ਹੋ ਗਏ ਥੋੜ੍ਹਾ ਜਿਹਾ ਆਪ ਵੀ ਸੈਟਲ ਹੋ ਗਏ ਅਤੇ ਸੋਚਿਆ ਕਿਉਂ ਨਾ ਜਿਸ ਪਿੰਡ ਦੇ ਵਿੱਚ ਆਪਾਂ ਸਟਰਗਲ ਕੀਤੀ ਹੈ ਜਿਹਨਾਂ ਲੋਕਾਂ ਦੀ ਕਿਰਪਾ ਦੇ ਨਾਲ ਜਿਹਨਾਂ ਲੋਕਾਂ ਦੇ ਆਸ਼ੀਰਵਾਦ ਨਾਲ ਜਿਹੜੇ ਪਿੰਡ ਦੀਆਂ ਗਲੀਆਂ ਦੇ ਕਰਕੇ ਜਿਸ ਮਿੱਟੀ ਕਰਕੇ ਆਪਾਂ ਅੱਜ ਜੋ ਵੀ ਬਣੇ ਹੈ ਅਤੇ ਕਿਉਂ ਨਾ ਉਸ ਮਿੱਟੀ ਦੇ ਵਿੱਚ ਜਾ ਕੇ ਫਿਰ ਕਿਉਂਕਿ ਇਨਸਾਨ ਜਿੱਥੇ ਪੈਦਾ ਹੁੰਦਾ ਜਿਹੜੇ ਵਿਦਵਾਨ ਲੋਕ ਹੈ ਉਹਨਾਂ ਦੀ ਇਹ ਸੋਚ ਹੈ ਕਿ ਜਿਹੜੀ ਮਿੱਟੀ 'ਚੋਂ ਤੁਸੀਂ ਨਿਕਲਦੇ ਆ ਉੱਥੇ ਹੀ ਸਮਾਉਣਾ ਚਾਹੀਦਾ ਸੋ ਮੈਂ ਇੰਨੀ ਦੇਰ ਬਾਹਰ ਰਹਿ ਕੇ ਸਟਰਗਲ ਕਰਕੇ ਬਹੁਤ ਪਰਮਾਤਮਾ ਨੇ ਜਸ਼ ਦਿੱਤਾ ਹਰ ਤਰ੍ਹਾਂ ਦੀ ਜਿਹੜੀ ਹੈ ਦਾਤ ਉਹ ਮੈਨੂੰ ਬਖਸ਼ੀ ਹੈ ਸੋ ਅੱਜ ਕੱਲ੍ਹ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਛੋਟੀ ਜਿਹੀ ਝੁੱਗੀ ਬਣਾਈ ਹੈ ਅਤੇ ਉਹ ਝੁੱਗੀ ਦੇ ਵਿੱਚ ਜਦੋਂ ਵੀ ਮੈਂ ਕੰਮ 'ਤੇ ਬਾਹਰ ਕਰਨਾ ਪੈਂਦਾ ਹਾਲੇ ਵੀ ਜਾਣਾ ਪੈਂਦਾ ਕਿਉਂਕਿ ਬੱਚੇ ਮੇਰੇ ਸਾਰੇ ਇੰਗਲੈਂਡ 'ਚ ਹੈ ਸੋ ਮੈਂ ਜਦੋਂ ਵੀ ਮੇਰਾ ਮੈਂ ਫਰੀ ਹੁੰਦਾ ਆਪਣੇ ਪਿੰਡ 'ਚ ਆਉਣਾ ਅਤੇ ਪਿੰਡ 'ਚ ਆ ਕੇ ਮੈਨੂੰ ਆਪਣੀਆਂ ਯਾਦਾਂ ਤਾਜ਼ੀਆਂ ਹੁੰਦੀਆਂ ਪਿੰਡਾਂ ਦੇ ਮੇਰੇ ਬਜ਼ੁਰਗ ਜਿਹੜੇ ਹੈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਮੈਂ ਪਲਿਆ ਜਿਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਕਿਉਂਕਿ ਮੇਰੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਹੋਈ ਸੀਗੀ ਸੋ ਬਹੁਤ ਸਕੂਨ ਹੁੰਦਾ ਮੈਂ ਕਹਿੰਦਾ ਕਹਿੰਦੇ ਹੁੰਦੇ ਨਾ ਕਿ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ ਸੋ ਜਿਹੜਾ ਆਨੰਦ ਮੈਨੂੰ ਪਿੰਡ ਟਹਿਣੇ 'ਚ ਆਉਂਦਾ ਉਹ ਮੈਨੂੰ ਸਵਿਟਜ਼ਰਲੈਂਡ 'ਚ ਵੀ ਨਹੀਂ ਆਉਂਦਾ ਕੀ ਬਾਤ ਸਿੱਧੂ ਸਾਹਿਬ ਪਹਿਲਾਂ ਕਿਹੜਾ ਗੀਤ ਸੀ ਜਿਹੜਾ ਇਸ ਜ਼ਬਾਨ 'ਚ ਤੋਂ ਪਹਿਲੀ ਵਾਰ ਉਗਾਇਆ ਸੀ ਗਾਣੇ ਤਾਂ ਪਹਿਲਾਂ ਬਹੁਤ ਗਾਏ ਸੀਗੇ ਪਰ ਤੁਹਾਡਾ ਇੱਕ ਗਾਣਾ ਜਿਹੜਾ ਬਹੁਤ ਜਿਹਦੇ ਤੁਸੀਂ ਰਾਤੋ ਰਾਤ ਸਟਾਰ ਬਣੇ ਸੀ ਕਦੇ ਕਦੇ ਖੇਡ ਲਿਆ ਕਰੀ ਹਾਂ ਬਿਲਕੁਲ ਜੀ ਉਹ ਇਸ ਤੋਂ ਪਹਿਲਾਂ ਮੈਂ ਬਹੁਤ ਸਟਰਗਲ ਕੀਤੀ ਹੈ ਮੈਂ ਪਾਠ ਵੀ ਕੀਤਾ ਮੈਂ ਕੀਰਤਨ ਵੀ ਕੀਤਾ ਮੈਂ ਢਾਡੀ ਰਾਗ ਵੀ ਗਾਇਆ ਮੈਂ ਟੀਚਰ ਵੀ ਮੈਂ ਪ੍ਰੋਫੈਸਰ ਵੀ ਸਕੂਲਾਂ ਕਾਲਜਾਂ 'ਚ ਯਾ ਬਿਲਕੁਲ ਮੈਂ ਐਮ ਏ ਮਿਊਜ਼ਿਕ ਕੀਤੀ ਹੈ ਪ੍ਰਾਚੀਨ ਕਲਾ ਕੇਂਦਰ ਯੂਨੀਵਰਸਿਟੀ ਤੋਂ ਸੋ ਮੈਂ ਬਹੁਤ ਸਾਰੇ ਸਕੂਲਾਂ ਕਾਲਜਾਂ 'ਚ ਅਜੇ ਪ੍ਰੋਫੈਸਰ ਵੀ ਮੈਂ ਪੜ੍ਹਾਉਂਦਾ ਰਿਹਾ ਪਰ ਕੁਦਰਤ ਨੇ ਮੈਨੂੰ ਐਜ਼ ਅ ਮਿਊਜ਼ਿਕ ਡਾਇਰੈਕਟਰ ਵੈਸੇ ਮੈਂ ਸਟਾਰਟ ਹੋਇਆ ਸੀਗਾ ਕਿਉਂਕਿ ਤੁਹਾਡਾ ਜਿਹੜਾ ਸੰਗੀਤ ਦੀ ਮੈਂ ਗੱਲ ਕਰਦਾ ਮਾਸਟਰ ਸਲੀਮ ਹੋਰਾਂ ਨੇ ਸਭ ਤੋਂ ਪਹਿਲਾਂ ਤੁਹਾਡੇ ਮਿਊਜ਼ਿਕ 'ਚ ਗਾਇਆ ਹਾਂ ਬਿਲਕੁਲ ਜੀ ਮੈਂ ਬੜੇ ਆਰਟਿਸਟ ਹੈ ਜਿਨ੍ਹਾਂ 'ਚੋਂ ਆਪਾਂ ਕਹਿ ਦਈਏ ਮਾਸਟਰ ਸਲੀਮ ਹੈ ਹਰਭਜਨ ਮਾਨ ਹੈ ਸਾਬਰ ਕੋਟੀ ਹੈ ਰਾਜ ਬਰਾੜ ਹੈ ਬੜੇ ਬੜੇ ਮੰਗੀ ਮਾਲ ਹੈ ਬੜੇ ਆਰਟਿਸਟ ਹੈ ਅਨੇਕ ਆਰਟਿਸਟ ਮਿਊਜ਼ਿਕ ਡਾਇਰੈਕਟਰ ਜਿਨ੍ਹਾਂ ਨੂੰ ਮੈਂ ਲਾਂਚ ਕੀਤਾ ਅਤੇ ਮੇਰਾ ਗਾਣਾ ਇੱਕ ਦੂਰਦਰਸ਼ਨ 'ਤੇ ਮੈਂ ਮਿਊਜ਼ਿਕ ਪਲੇ ਕਰਦਾ ਹੁੰਦਾ ਸੀਗਾ ਅਤੇ ਇੱਕ ਦਿਨ ਕੋਈ ਆਰਟਿਸਟ ਨਹੀਂ ਆਇਆ ਅਤੇ ਮੈਨੂੰ ਕਹਿਣ ਲੱਗੇ ਵੀ ਭਾਅ ਜੀ ਤੁਸੀਂ ਮੈਂ ਗਾ ਰਿਹਾ ਸੀ ਉਹ ਕਹਿੰਦੇ ਯਾਰ ਤੂੰ ਗਾਉਣਾ ਬਹੁਤ ਵਧੀਆ ਮੈਨੂੰ ਨਹੀਂ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਸਿੰਗਰ ਬਣੂੰਗਾ ਮੈਂ ਮਿਊਜ਼ਿਕ ਡਾਇਰੈਕਟਰ ਸੀਗਾ ਸੋ ਮੈਂ ਗਾਣਾ ਉਹਨਾਂ ਨੂੰ ਸੁਣਾਇਆ ਅਤੇ ਉਹ ਤਾਂ ਸਾਰੇ ਭਾਈ ਹਰਜੀਤ ਸਿੰਘ ਸੀਗੇ ਉਹ ਕਹਿੰਦੇ ਗਾਣਾ ਰਿਕਾਰਡ ਕਰੋ ਸੋ ਉਸ ਵਕਤ ਇਹ ਰਿਕਾਰਡ ਹੈ ਕਿ ਮਤਲਬ ਦੂਰਦਰਸ਼ਨ ਨੇ ਮੈਨੂੰ ਪੇ ਕੀਤਾ ਸੀਗਾ ਕਿ ਬਾਹਰੋਂ ਗਾਣਾ ਰਿਕਾਰਡ ਕਰਕੇ ਲਿਆਓ ਚੰਡੀਗੜ੍ਹ 'ਚ ਔਰ ਪਹਿਲੀ ਵਾਰੀ ਉਹ ਗਾਣਾ ਜਿਹੜਾ ਮੈਂ ਰਿਕਾਰਡ ਕੀਤਾ ਸੀਗਾ ਮੇਰੇ ਦਿਲ ਦਾ ਖਿਡਾਉਣਾ ਨਾਲ ਲੈ ਜਾਣੀ ਕਦੇ ਕਦੇ ਖੇਡ ਲੈ ਰੰਗ ਮਹਿੰਦੀ ਦਾ ਵੀ ਲਾਲ ਰੰਗ
लहू दा विलाल की हो गया जे कैदो होरी खेड गैने चाल लहू मेहंदी चिर ला के लाल तलिया ते नी हीरे हस के सैदे दी डोली बै जा नी कदे कदे खेड लिया करी मेरे दिल दा खिडौना नाल ले जा नी कदे कदे खेड लिया करी क्या बात। एक अपने पंटैने दा गाना बनाया इन्होंने हो जिथे जमे जाए खेडे मेरा बचपन पलिया खा खा ठेडे जिथे जमे जाए खेडे हो बचपन पलिया खा खा ठेडे बई जिसकी मिट्टी अज भी लगती जिसकी मिट्टी अज भी लगती मैनू खंड मिश्री दियां डलिया हो रब्बा वसदियां रहने सदा मेरे पिंड टैणे दियां गलियां हसदियां वसदियां रहने सदा मेरे पिंड टैणे दियां गलियां हो मेरे पिंड टैणे दियां गलियां। हाँ जी की सुना है। हाँ जी निर्मल सिद्धू होरां दा नवां गाना जिहड़ा है चढ़ाई ओह सुनो नूं दिल कर जे सुना दिंदा है सुनाउण गया जी तां काबू आए अज साडे पंज पंज उंगलां च पंज पंज मुंदियां चाचे ने तेरे ते सलामत तैनू हुंदियां जदों किधरे ना तेरी कोई पछाण सी जदों किधरे ना तेरी कोई पछाण सी उदों वी जट मौजां माणदा सी ओ मित्रां दे करके चढ़ाई होगी तेरी तैनू कौन जानदा सी ओ मित्रां दे करके चढ़ाई होगी तेरी तैनू कौन जानदा सी सिखे बब्बू तो चलाउणे हथियार नी चाहुंदी उसे दा ही करना शिकार नी सिखे बब्बू तो चलाउणे हथियार नी चाहुंदी उसे दा ही करना शिकार नी कूड़े आने वाले नाल मौजां माणदी नी सिद्धू एवें हिका ताणदा सी ओ मित्रां दे करके चढ़ाई होगी तेरी तैनू कौन जानदा सी मैं कह मित्रां दे करके चढ़ाई होगी तेरी तैनू कौन जानदा सी हो पिंड दे जिन्ने आवली मुंडे मैनू छड के तू भी विचे ही है तैने पिंड दे वैली मुंडे सब नाल मेरी यारी ना पिया कर डुब जानिया दारू तेरी माड़ी ना पिया कर ले जानिया दारू तेरी माड़ी ओ किला एक जमीन वेच के जीप लियांदी लंडी जीप लियांदी लंडी तू जीप लियांदी लंडी ओ बापू तेरा पिंड दा मोरी बापू तेरा पिंड दा मोरी तू करवाती पंडी तू करवाती पंडी हां हां तू करवाती पंडी ओए आंखे लग जा हुण बदियां छड दे ओए आंखे लग जा बदियां छड दे आंखे लग जा बदियां छड दे कहंदी तेरी ए ना पिया कर डुब जानिया दारू तेरी मारी ना पिया कर मेरे ग्रामिया दारू मेरी मारी कदे पी लिया कर डुब जानिया दारू हुंदी चंगी। ਧੀਆਂ ਜੰਮੀਆਂ ਤੇ ਗੁੜ ਵੀ ਨੀ ਵੰਡਿਆ ਵਿਆਹੀ ਤੋਂ ਕਿਉਂ ਰੋਇਆ ਬਾਬਲਾ ਧੀਆਂ ਜੰਮੀਆਂ ਤੇ ਗੁੜ ਵੀ ਨੀ ਵੰਡਿਆ ਵਿਆਹੀ ਤੋਂ ਕਿਉਂ ਰੋਇਆ ਬਾਬਲਾ ਬੜੀਆਂ ਖੂਬਸੂਰਤ ਲੈਣਾ ਕਹੀਆਂ ਲੋਕੀ ਜਾਣਦੇ ਨੇ ਚੰਦਰੇ ਸਮਾਜ ਵਿੱਚ ਗੱਡੇ ਜਿੰਨਾ ਭਾਰਤੀਆਂ ਨੂੰ ਗੱਲ ਛੱਡ ਦਿਓ ਪੜ੍ਹਾਉਣ ਤੇ ਲਿਖਾਉਣ ਦੀ ਨਾ ਦੇਣ ਦਿਲੋਂ ਪਿਆਰ ਧੀਆਂ ਨੂੰ ਮੁੰਡਾ ਜੰਮਦਾ ਤਾਂ ਲੱਡੂ ਸਾਰੇ ਵੰਡਦੇ ਮੁੰਡਾ ਜੰਮਦਾ ਤਾਂ ਲੱਡੂ ਸਾਰੇ ਵੰਡਦੇ ਧੀਆਂ ਕੀ ਦੱਸ ਖੋਇਆ ਬਾਬਲਾ
ਧੀਆਂ ਜੰਮੀਆਂ ਧੀਆਂ ਜੰਮੀਆਂ ਤੇ ਗੁੜ ਵੀ ਨੀ ਵੰਡੇ ਆਵੇ ਆਹੀ ਤੋਂ ਕਿਉਂ ਰੋਇਆ ਬਾਬਲਾ ਹੋ ਧੀਆਂ ਜੰਮੀਆਂ ਤੇ ਗੁੜ ਵੀ ਨੀ ਵੰਡਿਆ ਵੇ ਆਹੀ ਤੋਂ ਕਿਉਂ ਰੋਇਆ ਬਾਬਲਾ ਹੋ ਪਿੰਡਾਂ ਵਿੱਚ ਨਾ ਹੋਣ ਫੈਸਲੇ ਹੋ ਕਦੇ ਲਾਗ ਡਾਟ ਤੇ ਚੀਕਾਂ ਦੇ ਚੀਕ ਮਾਰ ਕੇ ਦਿਖਾ ਦੇ ਥੋੜ੍ਹੀ ਜਿਹੀ ਹੋ ਪਿੰਡਾਂ ਵਿੱਚ ਨਾ ਹੋਣ ਫੈਸਲੇ ਹੋ ਕਦੇ ਲਾਗ ਡਾਟ ਤੇ ਚੀਕਾਂ ਦੇ ਹੋ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋੜ ਬੁਲਟ ਤੇ ਜੀਪਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋੜ ਬੁਲਟ ਤੇ ਜੀਪਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋੜ ਬੁਲਟ ਤੇ ਜੀਪਾਂ ਦੇ ਹੋ ਮਾਰ ਬੈਠਕਾਂ ਬੋਰੀ ਚੱਕਣਾ ਸ਼ੌਕ ਕਬੱਡੀ ਦਾ ਅਣਖ ਵੰਗਾਰੇ ਜਿਹੜਾ ਉਹ ਸੁੱਕਾ ਨਹੀਂ ਛੱਡੀ ਦਾ ਓਏ ਅਸਲਾ ਲੈ ਕੇ ਜਾਣ ਕਚਹਿਰੀ ਡਰ ਨਾ ਸਜ਼ਾ ਤਰੀਕਾਂ ਦੇ ਓ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ ਹਾਂ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋੜ ਬੁਲਟ ਤੇ ਜੀਪਾਂ ਦੇ ਓ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋੜ ਕਹਿੰਦੇ ਆ ਬਗਾਨੀ ਮੁੱਛ ਤੇ ਤਾਂ ਨਹੀਂ ਦੇਣਾ ਚਾਹੀਦਾ ਤਾਂ ਹੀ ਮੈਨੂੰ ਭੁੱਲਿਆ ਪਿਆ ਮੈਂ ਕਿਹਾ ਬੋਲਦੇ ਨਹੀਂ ਮੈਂ ਸੋਚਿਆ ਵੀ ਗਮ ਗਾਉਣ ਲੱਗਦੇ ਆ ਪਰ ਨਹੀਂ ਗਾਉਣਾ ਬਹੁਤ ਮੁਸ਼ਕਲ ਹੈ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋੜ ਬੁਲਟ ਤੇ ਜੀਪਾਂ ਦੇ ਲਓ ਜੀ ਦੇਸੀ ਪੰਜਾਬ ਦੀ ਦੇਸੀ ਸੱਸ ਲੱਗੀ ਸੀ ਪਿੰਡ ਟਹਿਣਾ ਦੇ ਵਿੱਚ ਤੇ ਬਾਈ ਨਿਰਮਲ ਸਿੱਧੂ ਸਾਹਿਬ ਸਵਾਦ ਆ ਗਿਆ ਮੈਂ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਪੂਰੀ ਦੇਸੀ ਪੰਜਾਬ ਦੀ ਟੀਮ ਦੀ ਜਿਹੜੇ ਦੂਸਰੀ ਵਾਰ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਖਾਸ ਕਰਕੇ ਆਪਦੇ ਪਿੰਡ ਦੀ ਪੰਚਾਇਤ ਦਾ ਪਿੰਡ ਦੇ ਸਾਰੇ ਪਤਵੰਤੇ ਸੱਜਣਾਂ ਦਾ ਜਿਹੜੇ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਸਾਰੇ ਪਿੰਡ 'ਚ ਇੰਝ ਲੱਗਦਾ ਜਿੱਦਾਂ ਸਾਰਾ ਪਿੰਡ ਆ ਗਿਆ ਸੋ ਸਾਰਿਆਂ ਨੂੰ ਬਹੁਤ ਧੰਨਵਾਦ ਇੱਕ ਵਾਰ ਤਾੜੀਆਂ ਖੋਲ੍ਹ ਕੇ ਜੀ ਪਿੰਡ ਵਾਲਿਆਂ ਦੇ ਨਾਂ 'ਤੇ ਲਓ ਜੀ ਅਗਲੀ ਵਾਰ ਕਿਸੇ ਹੋਰ ਪਿੰਡ ਵਿੱਚ ਮਿਲਾਂਗੇ ਕਿਸੇ ਹੋਰ ਗਾਇਕ ਗਾਇਕਾ ਜਾਂ ਕਿਸੇ ਮਹਾਨ ਹਾਸੀ ਦੇ ਤੁਹਾਨੂੰ ਰੂਬਰੂ ਕਰਾਵਾਂਗੇ ਤਦ ਤੱਕ ਗੁਰਨਾਮ ਸਿੱਧੂ ਮੰਗਦਾ ਆਜ਼ਾਦ ਰੱਬ ਰੱਖ ਕਦੇ ਹੂੰ ਕਰਕੇ ਬੇਬੇ ਹਾਂ ਕਰਕੇ ਕਦੇ ਹੂੰ ਕਰਕੇ ਨੀ ਬੇਬੇ ਹਾਂ ਕਰਕੇ ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂਹ ਕਰਕੇ ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂਹ ਕਰਕੇ ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਓ ਕਦੇ ਹਾਂ ਕਰਕੇ ਆ ਜਾ ਨੱਚ ਲੱਗਦੇ ਚ ਮੇਰੀ ਬਾਂਹ ਫੜ ਕੇ ਆ ਜਾ ਨੱਚ ਲੱਗਦੇ ਚ ਮੇਰੀ ਬਾਂਹ ਫੜ ਕੇ ਆ ਜਾ ਨੱਚ ਲੱਗਦੇ ਚ ਮੇਰੀ ਬਾਂਹ ਫੜ ਕੇ ਨੀ ਉਹਨੇ ਬੜਾ ਕੁੱਟਿਆ ਦੰਗੜ ਦੰਗੜ ਹੋਈ ਨੀ ਰਾਤੀ ਦੰਗੜ ਦੰਗੜ ਹੋਈ ਹੋ ਦੰਗੜ ਦੰਗੜ ਹੋਈ ਨੀ ਰਾਤੀ ਦੰਗੜ ਹੋਈ ਮੈਂ ਕਿਹਾ ਦੰਗੜ ਦੰਗੜ ਹੋਈ ਨੀ ਰਾਤੀ ਦੰਗੜ ਦੰਗੜ ਹੋ ਦੰਗੜ ਦੰਗੜ ਹੋਈ ਨੀ ਰਾਤੀ ਦੰਗੜ ਦੰਗੜ ਹੋਈ ਸੁਣੋ ਜੀ ਸੁਣੋ ਨਦੀ ਦੇ ਵਿੱਚ ਰੇਤੇ ਦੀਆਂ ਢੇਰੀਆਂ ਅੱਗੇ ਬਾਬਾ ਨਾਨਕ ਪਿੱਛੇ ਸੰਗਤਾਂ ਨੇ ਢੇਰੀਆਂ ਅੱਗੇ ਬਾਬਾ ਨਾਨਕ ਪਿੱਛੇ ਸੰਗਤਾਂ ਨੇ ਢੇਰੀਆਂ ਅੱਗੇ ਬਾਬਾ ਨਾਨਕ ਪਿੱਛੇ ਸੰਗਤਾਂ ਨੇ ਢੇਰੀਆਂ ਹੋ ਤੋੜਾ ਵੀ ਤੋੜਾ ਵੀ ਹਾ 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 ਨਾਰ ਬਗਾਨੀ ਦੀ ਬਣ ਮੂਰਖਾ ਫੜੀਏ ਨਾਰ ਬਗਾਨੀ ਦੀ ਬਣ ਮੂਰਖਾ ਫੜੀਏ ਨਾਰ ਬਗਾਨੀ ਦੀ ਬਣ ਮੂਰਖਾ ਫੜੀਏ ਨਾਰ ਬਗਾਨੀ ਦੀ ਨਾਨ ਮੂਰਖਾ ਫੜੀਏ ਨਾਰ ਬਗਾਨੀ ਦੀ ਉਹ ਤੋੜਾ ਬਈ ਤੋੜਾ ਵੀ ਹਾ ਹਾ ਹਾ